ਚੇਨ ਦਾ ਮੇਰੇ ਸਾਹਮਣੇ ਆ ਉਹ ਸ਼ਟਾਲਾ ਹੈਗਾ ਜਿਹਨੂੰ ਆਪਾਂ ਇਕੱਲੀ ਬਗੈਰ ਹਿਊਮਿਕ ਤੋਂ ਅਤੇ 82 ਤੋਂ ਬੀਜਿਆ ਹੈਗਾ। ਇਹ 'ਚ ਡਾਇਆ ਪਾਈ ਆ, ਰੂੜੀ ਵੀ ਐਡ ਸੀ, ਅਤੇ ਦੂਸਰੇ ਪਾਸੇ ਤੁਹਾਨੂੰ ਦਿਖਾਉਂਦੇ ਹਾਂ ਇੱਕੇ ਦਿਨ ਦੇ ਬੀਜਿਆ ਹੋਇਆ ਕਿ ਦੂਜੇ ਪਾਸੇ ਆਪਾਂ ਹਿਊਮਿਕ ਐਡ ਕੀਤੀ ਆ ਉਹਦੇ ਨਾਲ, ਅਤੇ ਇਹਨਾਂ ਦੀ ਗਰੋਥ ਕੀ ਆ ਤੁਸੀਂ ਵੇਖ ਸਕਦੇ ਜੇ ਚੰਗੀ ਤਰ੍ਹਾਂ। ਦੈਨ ਆ ਉਹ ਪੱਠੇ ਨੇ, ਆ ਉਹ ਸ਼ਟਾਲਾ ਵਾ ਜਿਹਦੇ ਵਿੱਚ ਆਪਾਂ ਹਿਊਮਿਕ ਐਡ ਕੀਤੀ ਆ, ਅਤੇ ਤੁਸੀਂ ਦੇਖ ਸਕਦੇ ਹੋ ਦੋਨਾਂ ਦੇ ਵਿੱਚ ਫਰਕ ਕਿੰਨਾ ਕਿੰਨਾ ਗਰੋਥ ਦਾ ਅੰਤਰ ਹੈਗਾ। ਇੱਕ ਸਾਰ ਸਾਰੇ ਹੋਏ ਨੇ, ਅਤੇ ਇਹਦੇ ਵਿੱਚ ਆਪਾਂ ਹਿਊਮਿਕ ਐਡ ਕੀਤੀ ਆ, ਦੈਨ ਹੁਣ ਐਗਰੀ 82 ਯੂਜ਼ ਕਰ ਰਹੇ ਹਾਂ। ਅਤੇ ਇਹ ਦੋਸਤੋ ਰਿਜ਼ਲਟ ਹੈਗਾ ਆਪਣੇ ਐਗਰੀ 82 ਦਾ ਅਤੇ ਐਗਰੀ ਹਿਊਮਿਕ ਦਾ। ਕੋਰੇ ਦੀ ਵੀ ਕੋਈ ਪਰੇਸ਼ਾਨੀ ਨਹੀਂ ਆਏਗੀ ਅਗਰ ਆਪਾਂ ਐਗਰੀ 82 ਨੂੰ ਸਪਰੇਅ ਕਰਦੇ ਹਾਂ ਇਹਨੂੰ ਹਰ ਇੱਕ ਲੋਅ 'ਤੇ। ਥੈਂਕ ਯੂ।